ਇਸ ਜਗ੍ਹਾ ਦੇ ਵਿੱਚ ਇਸ ਨਜ਼ਦੀਕੀ ਪਿੰਡਾਂ ਦੇ ਵਿੱਚ ਜਿਹੜੀ ਆ ਬਹੁਤ ਗੰਦਗੀ ਜਿਹੜੀ ਆ ਇੱਥੇ ਸੱਟੀ ਜਾ ਰਹੀ ਆ, ਬਹੁਤ ਜ਼ਿਆਦਾ ਕੂੜਾ ਕਰਕਟ ਗੁਰਦਾਸਪੁਰ ਸ਼ਹਿਰ ਦੇ ਵਿੱਚੋਂ ਲਿਆ ਕੇ ਇਸ ਜਗ੍ਹਾ ਦੇ ਉੱਤੇ ਕੂੜਾ ਕਰਕਟ ਸੁੱਟਿਆ ਜਾਂਦਾ। ਇਹ ਜਿਹੜਾ ਖਿਲਵਾੜ ਆ ਸਾਡੀ ਵਿਰਾਸਤ ਦੇ ਨਾਲ ਵੀ ਹੈ, ਸ਼ਹੀਦਾਂ ਦੀ ਇਸ ਧਰਤੀ ਦੇ ਉੱਤੇ ਜਿਹੜਾ ਇਹ ਕੂੜਾ ਸੁੱਟਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸਭ ਤੋਂ ਵੱਡੀ ਮੁਸ਼ਕਲ ਇੱਕ ਤਾਂ ਪਾਣੀ ਦੀ ਆ, ਦੂਸਰੀ ਜਿਹੜੀ ਕੂੜੇ ਨੂੰ ਅੱਗ ਲੱਗ ਕੇ ਉਹਦਾ ਧੂੰਆਂ ਆਉਂਦਾ, ਉਹਦਾ ਧੂੰਆਂ ਸਾਡੇ ਪਿੰਡ ਤੱਕ ਪਹੁੰਚ ਜਾਂਦਾ ਵਾ। ਜਿਹੜੀ ਉੱਥੇ ਦੀ ਗੰਦਗੀ ਆ, ਗੰਦਗੀ ਦੀ ਇੱਕ ਤਾਂ ਸਮੈਲ ਇੰਨੀ ਜ਼ਿਆਦਾ ਵਾ ਕਿ ਇੱਥੋਂ ਦੀ ਕੋਈ ਗੱਡੀ ਵੀ ਲੰਘਦੀ ਆ ਅਤੇ ਇੱਕ ਦੋ ਘੰਟੇ ਇੱਥੇ ਨੱਕ ਨਹੀਂ ਦਿੱਤਾ ਜਾਂਦਾ। ਇੱਕੋ ਮਾੜੀ ਗੱਲ ਹੋ ਹੀ ਨਹੀਂ ਸਕਦੀ ਕਿ ਗੁਰਦਾਸਪੁਰ ਸ਼ਹਿਰ ਦੇ ਕੂੜੇ ਨੂੰ ਇੱਥੇ ਆਣ ਕੇ ਸੁੱਟਿਆ। ਇਹ ਸਾਰਾ ਜਿਹੜਾ ਕਾਨੂੰਨ ਛੰਬ ਹੈ, ਇਤਿਹਾਸਕ ਛੰਬ ਹੈ, ਅਤੇ ਇੱਥੇ 12,000 ਸ਼ਹੀਦ ਤੋਂ ਵੱਧ ਸ਼ਹੀਦਾਂ ਦੀ ਜਿਹੜੀ ਹੈ ਉਹਨਾਂ ਦਾ ਲਹੂ ਡੁੱਲਿਆ ਹੈ, ਤਾਂ ਇਹ ਧਰਤੀ ਤਾਂ ਆਪਣੇ ਆਪ ਹੀ ਪਵਿੱਤਰ ਹੋ ਜਾਂਦੀ ਹੈ। ਪਰ ਜਦ ਇਹ ਪੜਿਆ ਕਿ ਇੱਥੇ ਇੱਕ ਸ਼ਹਿਰ ਦਾ, ਗੁਰਦਾਸਪੁਰ ਸ਼ਹਿਰ ਦਾ ਕੂੜਾ ਡੰਪ ਬਣਾਇਆ ਜਾ ਰਿਹਾ, ਤੁਸੀਂ ਦੇਖ ਰਹੇ ਹੋ ਕੇ ਆਰ ਟੀ ਨਿਊਜ਼ ਨੈਟਵਰਕ ਦੇਸ਼ ਕੀ ਆਵਾਜ਼ ਤੇ ਮੈਂ ਹਾਂ ਜਤਿੰਦਰ ਸੋਢੀ। ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਜਿਹੜਾ ਏਰੀਆ ਤੁਹਾਨੂੰ ਦੱਸ ਦਈਏ, ਛੋਟਾ ਘੱਲੂਘਾਰਾ ਸਾਹਿਬ, ਉਸ ਏਰੀਏ ਦੇ ਵਿੱਚ ਖੜ੍ਹੇ ਹਾਂ। ਇਸ ਜਗ੍ਹਾ ਦੇ ਉੱਤੇ ਜੇ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ, ਇਤਿਹਾਸਕ ਅਤੇ ਵਿਰਾਸਤੀ ਜਗ੍ਹਾ ਜਿਹੜੀ ਇਹ ਮੰਨੀ ਜਾਂਦੀ ਆ। ਇਸ ਜਗ੍ਹਾ ਦੇ ਵਿੱਚ ਇਸ ਨਜ਼ਦੀਕੀ ਪਿੰਡਾਂ ਦੇ ਵਿੱਚ ਜਿਹੜੀ ਆ ਬਹੁਤ ਗੰਦਗੀ ਜਿਹੜੀ ਆ ਇੱਥੇ ਸੱਟੀ ਜਾ ਰਹੀ ਆ, ਬਹੁਤ ਜ਼ਿਆਦਾ ਕੂੜਾ ਕਰਕਟ ਗੁਰਦਾਸਪੁਰ ਸ਼ਹਿਰ ਦੇ ਵਿੱਚੋਂ ਲਿਆ ਕੇ ਇਸ ਜਗ੍ਹਾ ਦੇ ਉੱਤੇ ਕੂੜਾ ਕਰਕਟ ਸੁੱਟਿਆ ਜਾਂਦਾ। ਇਸ ਜਗ੍ਹਾ ਦੇ ਉੱਤੇ ਕੂੜਾ ਕਰਕਟ ਸੁੱਟਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਇੱਥੇ ਦੇ ਲੋਕ, ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਲੱਖਾਂ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ, ਇੱਥੇ ਮੁਸੀਬਤਾਂ ਝੱਲਣੀਆਂ ਪੈ ਰਹੀਆਂ। ਦੂਜੇ ਪਾਸੇ ਜੇ ਗੱਲ ਕਰ ਲਈਏ ਤਾਂ ਇਹ ਜਿਹੜਾ ਇਤਿਹਾਸਕ ਅਤੇ ਵਿਰਾਸਤੀ ਇਹ ਜਗ੍ਹਾ, ਇਸ ਜਗ੍ਹਾ ਨੂੰ ਜਿਹੜਾ ਕਿ ਇਹ ਕੰਮ ਕਰਨਾ, ਕਿਤੇ ਨਾ ਕਿਤੇ ਅੱਜ ਲੋਕ ਇਕੱਠੇ ਹੋਏ ਨੇ, ਵੱਖ ਵੱਖ ਬੁੱਧੀਜੀਵੀ, ਵੱਖ ਵੱਖ ਸੰਸਥਾਵਾਂ, ਵੱਖ ਵੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ, ਤਾਂ ਉੱਥੇ ਇੱਕ ਹੋਣ ਦੀ ਗੱਲ ਕੀਤੀ ਆ, ਤਾਂ ਇਸ ਦੇ ਉੱਤੇ ਸੰਘਰਸ਼ ਉਲੀਕਣ ਦੀ ਗੱਲ ਹੋਈ ਆ। ਸਾਡੇ ਨਾਲ ਕਿਸਾਨ ਮਜ਼ਦੂਰ ਸ਼ਿਖਰ ਕਮੇਟੀ ਪੰਜਾਬ ਤੋਂ ਜਿਹੜੇ ਨੇ ਬਲਵੀਰ ਸਿੰਘ ਰੰਧਾਵਾ ਸਾਡੇ ਨਾਲ, ਉਹਨਾਂ ਨਾਲ ਪਹਿਲਾਂ ਗੱਲਬਾਤ ਕਰਾਂਗੇ। ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੰਧਾਵਾ ਸਾਹਿਬ ਅੱਜ ਇਕੱਤਰ ਹੋਏ ਸੀ, ਕੀ ਮਕਸਦ ਸੀ, ਕੀ ਏਜੰਡਾ ਕੀ ਸੀ? ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਬਲਵੀਰ ਸਿੰਘ ਰੰਧਾਵਾ, ਮੈਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗੂ ਹਾਂ। ਅੱਜ ਗੁਰਦੁਆਰਾ ਕੋਟਲੀ ਛੈਣੀਆਂ ਪਿੰਡ ਜਿਹੜਾ ਇਹ ਘੱਲੂਘਾਰਾ ਛੰਬ ਦਾ ਜਿਹੜਾ ਖੇਤਰ ਆ ਉਹਦੇ ਵਿੱਚ ਪੈਂਦਾ ਵਾ। ਇੱਥੇ ਅੱਜ ਵਾਤਾਵਰਨ ਪ੍ਰੇਮੀ, ਹੋਰ ਜਿਹੜੇ ਵੱਖ ਵੱਖ ਲੋਕ ਨੁਮਾਇੰਦੇ ਨੇ ਅਤੇ ਪਿੰਡ ਨਿਵਾਸੀ ਚੋਪੜਾ ਅਤੇ ਹੋਰ ਲਾਗੇ ਚਾਗੇ ਦੇ ਪਿੰਡਾਂ ਦੀ ਇੱਕ ਸਾਂਝੀ ਜਿਹੜੀ ਮੀਟਿੰਗ ਹੈ ਉਹ ਬੁਲਾਈ ਗਈ ਸੀ। ਮੁੱਦਾ ਇਹ ਹੈ ਕਿ ਜਿਹੜਾ ਇਤਿਹਾਸਕ ਖਿੱਤਾ ਇਸ ਸਾਰੇ ਪੰਜਾਬ ਦਾ ਹੀ ਨਹੀਂ,
ਸਾਰੇ ਮਤਲਬ ਸਾਡੇ ਜ਼ਿਲ੍ਹੇ ਦਾ ਨਹੀਂ, ਪੰਜਾਬ ਦਾ ਨਹੀਂ, ਸਗੋਂ ਪੂਰੇ ਸੰਸਾਰ ਦੇ ਅੰਦਰ ਜਿਹੜਾ ਜਾਣਿਆ ਜਾਂਦਾ ਕਾਨੂੰਨ ਛੰਭ, ਜਿੱਥੇ ਇੱਕ ਬਹੁਤ ਵੱਡਾ ਅਮੀਰ ਇਤਿਹਾਸ ਆ, ਜਿਹਦਾ ਜਿਹੜੀ ਸਾਡੀ ਅਮੀਰ ਵਿਰਾਸਤ ਆ, ਜਿੱਥੇ 1745 ਦਾ ਜਿਹੜਾ ਛੋਟਾ ਘੱਲੂਘਰਾ ਵਾਪਰਿਆ ਹੋਇਆ, ਉਹਦੇ ਵਿੱਚ ਜਿਹੜੀ ਉਸ ਛੰਭ ਦੀ, ਉਸ ਵਿਰਾਸਤ ਦੀ ਇੱਕ ਨਿਸ਼ਾਨੀ ਜਿਹੜੀ ਬਚੀ ਹੋਈ ਆ, ਲਗਭਗ 250 ਏਕੜ ਜ਼ਮੀਨ ਆ, ਉਹਦੇ ਵਿੱਚ ਗੁਰਦਾਸਪੁਰ ਸ਼ਹਿਰ ਦਾ ਜਿਹੜਾ ਕੂੜਾ ਕਰਕਟ ਹੈ ਉਹ ਲਿਆ ਕੇ ਚੁੱਕਿਆ ਜਾ ਰਿਹਾ, ਔਰ ਇਹ ਸਾਡੇ ਇਲਾਕੇ ਦੇ ਜਾਗਰੂਕ ਲੋਕਾਂ ਨੇ, ਵਾਤਾਵਰਨ ਪੱਤੀਆਂ ਨੇ ਅਤੇ ਹੋਰ ਲੋਕਾਂ ਨੇ ਮਹਿਸੂਸ ਕੀਤਾ, ਇਹ ਸਾਡੀ ਵਿਰਾਸਤ ਦੇ ਨਾਲ ਇਸ ਤੋਂ ਵੱਡਾ ਖਿਲਵਾੜ ਕੋਈ ਹੋਰ ਹੋ ਨਹੀਂ ਸਕਦਾ, ਇਸ ਕਰਕੇ ਜੋ ਪੱਧਰ ਦੇ ਉੱਤੇ ਅੱਜ ਇਸ ਮੁੱਦੇ ਨੂੰ ਜਿਹੜਾ ਉਚਾਰਿਆ ਗਿਆ, ਇੱਕ ਵਾਤਾਵਰਨ ਦਾ ਮੁੱਦਾ ਤਾਂ ਹੈ ਹੀ ਹੈ, ਇਹ ਇਸ ਇਲਾਕੇ ਦੀ ਹਵਾ ਨੂੰ, ਪਾਣੀ ਨੂੰ ਅਤੇ ਚੁਗਿਰਦੇ ਨੂੰ ਜਿਹੜਾ ਉਹ ਪਲੀਤ ਕਰ ਰਿਹਾ, ਉਹਦੇ ਨਾਲ ਦੀ ਨਾਲ ਇਹ ਜਿਹੜਾ ਖਿਲਵਾੜ ਆ ਸਾਡੀ ਵਿਰਾਸਤ ਦੇ ਨਾਲ ਵੀ ਹੈ, ਸ਼ਹੀਦਾਂ ਦੀ ਇਸ ਧਰਤੀ ਦੇ ਉੱਤੇ ਜਿਹੜਾ ਇਹ ਕੂੜਾ ਸੁੱਟਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਸੋ ਅੱਜ ਇਹ ਸਰਬਸੰਮਤੀ ਦੇ ਨਾਲ ਜਿਹੜਾ ਮਤਾ ਪਾਸ ਕੀਤਾ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਇਹਨੂੰ ਜਿਹੜਾ ਬੰਦ ਕਰਨ ਦੀ ਜਿਹੜੀ ਮੰਗ ਕੀਤੀ ਜਾਵੇਗੀ, ਔਰ ਜੇ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ ਤਾਂ ਪੂਰਾ ਇਲਾਕਾ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹੇ ਦੇ ਜਿਹੜੇ ਲੋਕ ਪੱਖੀ ਲੋਕ ਨੇ, ਵਾਤਾਵਰਨ ਪ੍ਰੇਮੀ ਨੇ ਅਤੇ ਜਿਹੜੇ ਆਪਣੀ ਵਿਰਾਸਤ ਨਾਲ ਜੁੜੇ ਹੋਏ ਲੋਕ ਨੇ, ਸਾਰੇ ਇਕਮੁੱਠ ਹੋ ਕੇ, ਇਕਜੁੱਟ ਅਤੇ ਇਕਸੁਰ ਹੋ ਕੇ ਇਹਦਾ ਮੂੰਹ ਤੋੜ ਜਵਾਬ ਦੇਣਗੇ ਅਤੇ ਕੂੜਾ ਕਰਕਟ ਇੱਥੇ ਸੁੱਟਿਆ ਜਾਣਾ ਜਿਹੜਾ ਉਹਨੂੰ ਬੰਦ ਕਰਵਾਉਣਗੇ। ਰਣਨੀਤੀ ਕੀ ਤੈਅ ਹੋਈ ਹੈ ਅੱਗੇ ਦੀ, ਕੀ ਰਣਨੀਤੀ ਹੋਵੇਗੀ, ਕਿਸ ਤਰ੍ਹਾਂ ਐਕਸ਼ਨ ਇਹਦੇ ਉੱਤੇ ਹੋਵੇਗਾ, ਕੀ ਅੱਗੇ ਕੋਈ ਸੰਘਰਸ਼ ਵੀ ਲਿਖਿਆ ਜਾਵੇਗਾ? ਇਸ ਤੋਂ ਅਗਲੀ ਮੀਟਿੰਗ ਜਿਹੜੀ ਰਣਨੀਤੀ ਲਿਖਣ ਵਾਸਤੇ, ਰਣਨੀਤੀ ਦਾ ਇੱਕ ਹਿੱਸਾ ਹੀ ਹੈ ਕਿ ਅਸੀਂ ਇਹ ਮੀਟਿੰਗ ਜਿਹੜੀ ਹੈ ਵਿਚਾਰ ਵਟਾਂਦਰਾ ਕਰਕੇ ਇਸ ਤਰ੍ਹਾਂ ਹੀ ਨਹੀਂ ਇੱਥੋਂ ਜਿਹੜੀ ਉੱਠ ਗਈ, ਸਗੋਂ ਬਕਾਇਦਾ ਮਤਾ ਪਾਸ ਕਰਕੇ ਅਗਲੇ ਐਤਵਾਰ ਨੂੰ ਗੁਰਦੁਆਰਾ ਚੋਪੜਾ, ਪਿੰਡ ਚੋਪੜਾ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਹੈ ਮੀਟਿੰਗ ਬੁਲਾ ਲਈ ਗਈ ਹੈ, ਜਿਹਦੇ ਵਿੱਚ ਇਸ ਤੋਂ ਵੱਡੇ ਪੱਧਰ ਦੇ ਉੱਤੇ ਹੋਰ ਜਿਹੜੇ ਉਹ ਲੋਕ ਨੇ, ਲੋਕ ਨੁਮਾਇੰਦੇ ਨੇ ਇਕੱਤਰ ਹੋਣਗੇ। ਅੱਜ ਜਿਹੜੀ ਆ ਇੱਕ ਲੋਕ ਨੁਮਾਇੰਦਾ ਕਮੇਟੀ ਜਿਹੜੀ ਹੈ ਬਣਾ ਦਿੱਤੀ ਗਈ ਆ, ਉੱਦਣ ਉਹਨੂੰ ਜਿਹੜਾ ਅੰਤਿਮ ਰੂਪ ਦੇ ਕੇ ਗਠਿਤ ਕਰਕੇ ਅਤੇ ਇਹਦੇ ਖਿਲਾਫ ਜਿਹੜਾ ਪੂਰੀ ਤਰ੍ਹਾਂ ਸੰਘਰਸ਼ ਦਾ ਪ੍ਰੋਗਰਾਮ ਜਿਹੜਾ ਲਿਖਿਆ ਜਾਏਗਾ, ਕੋਈ ਵੀ ਸੰਘਰਸ਼ ਕਰਨ ਤੋਂ ਪਹਿਲਾਂ ਇੱਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਤੱਕ ਜਿਹੜੀ ਪਹੁੰਚ ਹੈ ਉਹ ਕੀਤੀ ਜਾਏਗੀ। ਉਹਦਾ ਐਲਾਨ ਜਿਹੜਾ ਉਹ ਅਗਲੇ ਹਫ਼ਤੇ, ਅਗਲੇ ਐਤਵਾਰ ਗੁਰਦੁਆਰਾ ਜਿਹੜਾ ਪਿੰਡ ਚੋਪੜਾ ਸਾਹਿਬ, ਚੋਪੜਾ ਦਾ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੋਂ ਜਿਹੜਾ ਅਗਲੀ ਮੀਟਿੰਗ ਦੇ ਵਿੱਚ ਉਹਦਾ ਐਲਾਨ ਆ ਜਿਹੜਾ ਉਹ ਕੀਤਾ ਜਾਏਗਾ। ਬਿਲਕੁਲ, ਵੇਖੋ ਅਪੀਲ ਆਪਣੇ ਆਪ ਦੇ ਵਿੱਚ ਹੀ, ਜਦੋਂ ਸਰਕਾਰਾਂ ਦੀ ਇਹ ਕਿੱਡੀ ਨਿਖੇਧੀ ਜਨਕ, ਕਿੱਡੀ ਮਾੜੀ, ਕਿੱਡੀ ਭੈੜੀ ਗੱਲ ਆ ਕਿ ਸਰਕਾਰ ਇੱਕ ਪਾਸੇ ਤਾਂ ਮਤਲਬ ਜਿਹੜਾ ਪੰਜਾਬ ਦੀ ਵਿਰਾਸਤ ਦਾ ਜਿਹੜਾ ਉਹਦੇ ਜਿਹੜਾ ਮਾਣ ਸਤਿਕਾਰ ਕਰਨ ਦੀਆਂ ਗੱਲਾਂ ਕਰਦੀ ਹੈ, ਇੱਥੇ ਇੱਕੋ ਸਮੇਂ ਦੇ ਉੱਤੇ ਬਾਦਲ ਸਰਕਾਰ ਦੇ ਵੇਲੇ ਜਿਹੜਾ ਉਹ ਸ਼ਹੀਦਾਂ ਦੀ ਯਾਦਗਾਰ ਵੀ ਜਿਹੜੀ ਹੈ ਇੱਥੇ ਗੁਰਦੁਆਰਾ ਘੱਲੂਘਰਾ ਸਾਹਿਬ ਦੇ ਲਾਗੇ ਬਣਾਈ ਗਈ ਹੈ, ਪਰ ਓਨੀ ਕੁ ਦੂਰੀ 'ਤੇ ਉਰਲੇ ਬੰਨੇ ਜਿਹੜਾ ਇਤਿਹਾਸਕ ਛੰਭ ਹੈ ਉਹਦੇ ਵਿੱਚ ਜਿਹੜਾ ਕੂੜਾ ਸੁੱਟਣ ਦਾ ਫੈਸਲਾ ਉਹ ਸਰਕਾਰਾਂ ਨੇ ਕੀਤਾ, ਇਹ ਕਿੱਡੀ ਕੁ ਜਿਹੜੀ ਹੈ ਉਹ ਮਾੜੀ ਗੱਲ ਹੈ ਆਪਣੇ ਆਪ ਦੇ ਵਿੱਚ। ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ, ਸਰਕਾਰ ਤੋਂ ਇਹ ਜਿਹੜੀ ਮੰਗ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ ਇਹ ਵਾਤਾਵਰਨ ਵਿਰੋਧੀ, ਲੋਕ ਵਿਰੋਧੀ, ਵਿਰਾਸਤ ਵਿਰੋਧੀ ਜਿਹੜਾ ਇਹ ਕਦਮ ਜਿਹੜਾ ਉਹ ਚੁੱਕਿਆ, ਇੱਥੇ ਜਿਹੜਾ ਇਹ ਕੂੜਾ ਸੁੱਟ ਕੇ ਇਹਨੂੰ ਵਾਪਸ ਲੈਣ, ਇੱਥੇ ਜਿਹੜਾ ਕੂੜਾ ਸੁੱਟਿਆ ਜਾਣਾ ਉਹ ਫੌਰੀ ਤੌਰ 'ਤੇ ਬੰਦ ਕੀਤਾ ਜਾਵੇ ਤਾਂ ਕਿ ਸਾਡੇ ਲੋਕਾਂ ਨੂੰ ਸੰਘਰਸ਼ ਕਰਨ ਵਾਸਤੇ ਮਜਬੂਰ ਨਾ ਹੋਣਾ ਪਵੇ। ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਸੋ ਪਿੰਡ ਕੋਟਲੀ ਛਾਣੀਆਂ ਦੇ ਨਗਰ ਨਿਵਾਸੀ ਵੀ ਸਾਡੇ ਨਾਲ ਆ, ਕੀ ਮੁਸ਼ਕਲਾਂ ਆ ਰਹੀਆਂ, ਕੀ ਦਿੱਕਤਾਂ ਆ ਰਹੀਆਂ, ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਫਤਿਹ ਦੀ ਥਾਂ 'ਤੇ ਪਾਉਂਗੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭਨਾਮ ਕੀ ਹੈ ਤੁਹਾਡਾ? ਮੈਂ ਸਰਪੰਚ ਸਲਿੰਦਰ ਸਿੰਘ, ਪਿੰਡ ਕੋਟਲੀ ਛਾਣੀਆਂ ਤੋਂ। ਸਰਪੰਚ ਸਾਹਿਬ, ਦਿੱਕਤ ਕੀ ਆ ਰਹੀ ਹੈ, ਕੂੜਾ ਸੁੱਟਣ ਦੇ ਨਾਲ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਇਹਦੇ ਵਿੱਚ ਸਾਨੂੰ 4-5 ਤਰ੍ਹਾਂ ਦੀਆਂ ਅਤੇ ਮੇਨ ਮੁਸ਼ਕਲਾਂ ਆ ਰਹੀਆਂ। ਸਭ ਤੋਂ ਵੱਡੀ ਮੁਸ਼ਕਲ ਇੱਕ ਤਾਂ ਪਾਣੀ ਦੀ ਆ, ਦੂਸਰੀ ਜਿਹੜੀ ਕੂੜੇ ਨੂੰ ਅੱਗ ਲੱਗ ਕੇ
ਉਹਦਾ ਧੂੰਆਂ ਆਉਂਦਾ, ਉਹਦਾ ਧੂੰਆਂ ਸਾਡੇ ਪਿੰਡ ਤੱਕ ਪਹੁੰਚ ਜਾਂਦਾ ਵਾ। ਜਿਹੜੀ ਉੱਥੇ ਦੀ ਗੰਦਗੀ ਆ, ਗੰਦਗੀ ਦੀ ਇੱਕ ਤਾਂ ਸਮੈਲ ਇੰਨੀ ਜ਼ਿਆਦਾ ਵਾ ਕਿ ਇੱਥੋਂ ਦੀ ਕੋਈ ਗੱਡੀ ਵੀ ਲੰਘਦੀ ਆ ਅਤੇ ਇੱਕ ਦੋ ਘੰਟੇ ਇੱਥੇ ਨੱਕ ਨਹੀਂ ਦਿੱਤਾ ਜਾਂਦਾ। ਅਤੇ ਉਸ ਤੋਂ ਬਾਅਦ ਮੱਖੀ ਇੱਥੇ ਸਾਡੇ ਪਿੰਡ ਦੇ ਵਿੱਚ ਇੰਨੀ ਜ਼ਿਆਦਾ ਮੱਖੀ ਆ ਇਹ ਕੂੜੇ ਦੇ ਕਰਕੇ ਕਿ ਸਾਡੇ ਕੋਲੋਂ ਰੋਟੀ ਖਾਣਾ ਵੀ ਮੁਸ਼ਕਿਲ ਹੋਇਆ। ਅੱਜ ਜਿਹੜਾ ਬਹੁਤ ਵੱਡੇ ਪੱਧਰ ਦੀ ਆਵਾਜ਼ ਉਠਾਈ ਗਈ ਸੀ ਅਤੇ ਇਸ ਤੋਂ ਬਾਅਦ ਜਿਹੜੀ ਹੁਣ ਅਗਲੀ ਮੀਟਿੰਗ ਆ ਉਹ ਸਾਡੀ ਗੁਰਦੁਆਰਾ ਸਾਹਿਬ ਮਾਨ ਚੋਪੜਾ ਦੇ ਉਹਦੇ 'ਚ ਹੋਏਗੀ ਅਤੇ ਉਸ ਤੋਂ ਅੱਗੇ ਜਿਹੜੀ ਵੀ ਕਾਰਵਾਈ ਕਰਨੀ ਹੋਏਗੀ ਡੀ ਸੀ ਸਾਹਿਬ ਨੂੰ ਲੈਟਰ ਦੇਣਾ ਵਾ, ਮਿਊਂਸੀਪਲ ਕਮੇਟੀ ਨੂੰ ਲੈਟਰ ਦੇਣਾ, ਜੋ ਵੀ ਕਰਨਾ ਉਹ ਉੱਥੇ ਅਸੀਂ ਤੈਅ ਕੀਤਾ ਜਾਏ। ਦੇਖੋ ਸਭ ਤੋਂ ਵੱਡੀ ਮੈਨੂੰ ਸ਼ਰਮ ਆਈ ਹੈ, ਪਤਾ ਲੱਗਾ ਕਿ ਇੱਥੇ ਗੁਰਦਾਸਪੁਰ ਸ਼ਹਿਰ ਦਾ ਕੂੜਾ ਕਾਨੂੰਨ ਦੇ ਸ਼ਬਦ ਦੇ ਵਿੱਚ ਸੁੱਟਿਆ ਜਾ ਰਿਹਾ, ਮਤਲਬ ਮੰਨਣ 'ਚ ਨਹੀਂ ਆਉਂਦਾ। ਇਸ ਤਰ੍ਹਾਂ ਜਿਵੇਂ ਇੰਡੀਆ ਦਾ ਕੂੜਾ ਜਿਹੜਾ ਹੈ ਉਹ ਬੰਗਲਾਦੇਸ਼ ਜਾ ਕੇ ਸੁੱਟਿਆ ਹੋਵੇ, ਜਦੋਂ ਗੁਰਦਾਸਪੁਰ ਨਗਰ ਕੌਂਸਲ ਹੈ ਉਹ ਆਪਣੇ ਪ੍ਰਬੰਧ ਆਪ ਕਰਨ, ਆ ਜਿਸ ਪਿੰਡ ਵਿੱਚ ਖੜ੍ਹੇ ਹਾਂ ਇਹਨਾਂ ਨੂੰ ਆਪਣੇ ਕੂੜੇ ਦਾ ਪ੍ਰਬੰਧ ਆਪ ਕਰਨਾ ਚਾਹੀਦਾ, ਮੇਰਾ ਆਪਣਾ ਘਰ ਹੈ ਮੈਨੂੰ ਆਪ ਪ੍ਰਬੰਧ ਕਰਨਾ ਚਾਹੀਦਾ। ਅਤੇ ਮਤਲਬ ਇਹਦੇ ਵਾਸਤੇ ਮਤਲਬ ਕੋਈ ਮੈਂ ਨਿੰਦਣਾ ਵੀ ਨਹੀਂ ਕਹਾਂਗਾ, ਇਹ ਕਹਾਂਗਾ ਕਿ ਇੱਦੋਂ ਮਾੜੀ ਗੱਲ ਹੋ ਹੀ ਨਹੀਂ ਸਕਦੀ ਕਿ ਗੁਰਦਾਸਪੁਰ ਸ਼ਹਿਰ ਦੇ ਕੂੜੇ ਨੂੰ ਤੁਸੀਂ ਆਣ ਕੇ ਸੁੱਟਿਆ। ਇਹਦੇ ਬਾਅਦ ਕੋਈ ਲੌਜਿਕ, ਕੋਈ ਦਲੀਲ, ਕੋਈ ਅਪੀਲ ਨਹੀਂ ਗੱਲ ਵੀ ਇੱਥੇ ਸੁੱਕਣ ਦਾ ਪਰਪਸ ਕੀ ਹੈ। ਤਾਂ ਪਤਾ ਲੱਗਾ 20 ਸਾਲਾਂ ਅਤੇ ਜੋ ਮੈਨੂੰ ਪਤਾ ਲੱਗਾ ਕਿ ਹੁਣ ਤੱਕ ਇੱਕ ਧਰਮ ਸਿੰਘ ਨਾਂ ਦਾ ਬੰਦਾ ਹੈ ਚੋਪੜਾ ਪਿੰਡ ਜਿੱਥੇ ਕੂੜਾ ਸੁੱਟਦੇ ਨੇ, ਇੱਕ ਬੂਆ ਸਿੰਘ ਹੈ, ਇੱਕ ਆਲਮ ਗੁਜ਼ਰ ਹੈ, ਇੱਕ ਦਿਆਲ ਸਿੰਘ ਹੈ, ਇੱਕ ਬਲਵੀਰ ਸਿੰਘ ਹੈ, ਇਸੇ ਤਰ੍ਹਾਂ ਹੀ ਕਰਨੈਲ ਸਿੰਘ ਹੋਰ ਆਦਮੀ ਵੀ ਇਸ ਵੇਲੇ ਕੈਂਸਰ ਪੀੜਿਤ ਹੋਏ ਹੋਏ ਨੇ। ਕਦੋਂ ਕਰਨਗੇ? ਕੀ ਇਹ ਡਾਕਟਰਾਂ ਦੇ ਏਜੰਟ ਦੇ ਨਹੀਂ ਅੱਜ ਕੱਲ੍ਹ ਸਾਡੀ ਐਡਮਿਨਿਸਟ੍ਰੇਸ਼ਨ ਬਣ ਗਈ ਵੀ ਅਸੀਂ ਤੁਹਾਨੂੰ ਕੇਸ ਦਿਆਂਗੇ ਕੈਂਸਰ ਦੇ? ਕੂੜੇ ਦਾ ਕੂੜੇ ਨੂੰ ਅਸੀਂ ਸੋਨਾ ਗਿਣਦੇ ਹਾਂ, ਜਿੰਨਾ ਕਿ ਮੈਂ 91 'ਚ ਅਟੈਂਡ ਕੀਤੀ ਸੀ ਉੱਥੇ ਕਹਿੰਦੇ ਕੂੜਾ ਸੋਨਾ, ਸੱਚਮੁੱਚ ਕੂੜਾ ਸੋਨਾ ਹੈ। ਇਹ ਸੋਨੇ ਨੂੰ ਕੈਂਸਰ ਪੈਦਾ ਕਰਨ ਲਈ ਕੋਈ ਨਵਾਂ ਕੰਮ ਸ਼ੁਰੂ ਕੀਤਾ, ਜਿਹੜਾ ਹਵਾ ਪਵਨ ਨੂੰ ਖਰਾਬ ਕਰ ਰਹੇ ਹੋ, ਪਾਣੀ ਨੂੰ ਖਰਾਬ ਕਰ ਰਹੇ ਹੋ, ਹਵਾ ਨੂੰ ਖਰਾਬ, ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਮੈਂ ਮਹਿਸੂਸ ਕਰਦਾ ਵੀ ISPCS ਆਦਮੀ ਜਿਹੜੇ ਬਣਦੇ ਨੇ ਉਹ ਐਵੇਂ ਨਹੀਂ ਬਣ ਜਾਂਦੇ, ਦਿਮਾਗ ਨੇ। ਅਤੇ ਕਿਰਪਾ ਕਰਕੇ ਉਹ ਆਪਣਾ ਇਸ ਕੰਮ ਕਰਨ, ਨਗਰ ਕੌਂਸਲ ਨੂੰ ਡਾਇਰੈਕਸ਼ਨ ਦੇਣ ਕਿ ਇੱਥੇ ਕੂੜਾ ਸੁੱਟਣ ਦਾ ਪ੍ਰਬੰਧ ਛੱਡ ਕੇ ਆਪਣੀ ਹਦੂਦ ਵਿੱਚ ਜਿਹੜੀ ਨਗਰ ਕੌਂਸਲ ਦੀ ਹੈ ਉੱਥੇ ਪ੍ਰਬੰਧ ਕਰਨ। ਜੇ ਕੋਈ ਮੁਸ਼ਕਲ ਹੈ ਤਾਂ ਟੈਕਨੀਕਲ ਆਦਮੀਆਂ ਦੀ ਸਲਾਹ ਲੈ ਲਈ ਜਾਵੇ, ਇੱਥੇ ਸੁੱਟਣਾ ਬਿਲਕੁਲ ਸਰਾਸਰ ਗਲਤ ਹੈ। ਅੱਜ ਅਪੀਲ ਕੀਤੀ ਗਈ ਆ, ਅਗਰ ਸਰਕਾਰ ਇਸ ਦੇ ਉੱਤੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਗੌਰ ਨਹੀਂ ਕਰਦਾ ਤਾਂ ਕੀ ਕੁਛ ਨਸਵੀ ਲਿਖਿਆ ਜਾਵੇ? ਦੇਖੋ ਮੇਰੀ ਆਪਣਾ ਨਿੱਜੀ ਰਾਏ ਹੈ ਕਿ ਲੋਕ ਚੇਤਨਾ ਤੋਂ ਬਿਨਾਂ ਕੁਝ ਨਹੀਂ ਹੋਣਾ। ਜਿੰਨੀ ਦੇਰ ਤੱਕ ਅਸੀਂ ਹਾਂ ਚਿੱਠੀ ਪਾਉਣੀ ਚਾਹੀਦੀ ਹੈ, ਕਈ ਵਾਰ ਨਹੀਂ ਪਤਾ ਲੱਗਦਾ, ਚਿੱਠੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਪਾਉਣੀ ਚਾਹੀਦੀ ਹੈ, ਐਸਟੀਐਮ ਨੂੰ ਪਾਉਣੀ ਚਾਹੀਦੀ ਹੈ, ਆਪਣੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਪਾਉਣੀ ਚਾਹੀਦੀ ਹੈ, ਆਪਣੇ ਮਤੇ ਪਾਸ ਕਰਨੇ ਚਾਹੀਦੇ ਨੇ। ਪਰ ਲੋਕ ਚੇਤਨਾ ਸਭ ਤੋਂ ਜ਼ਰੂਰੀ ਹੈ, ਘੱਟੋ ਘੱਟ ਜਿੰਨੀ ਦੇਰ ਬੱਚਾ ਰੋਏ ਨਾ
ਉਨੀ ਦੇਰ ਤੱਕ ਕੋਈ ਦੁੱਧ ਨਹੀਂ ਦਿੰਦਾ, ਮਾਂ ਵੀ ਦੁੱਧ ਨਹੀਂ ਦਿੰਦੀ। ਇਸ ਲਈ ਮੈਂ ਜ਼ਿੰਮੇਵਾਰ ਇੱਥੋਂ ਦੇ ਜਿਹੜੇ ਲੋਕ ਨੇ ਗੁਰਦਾਸਪੁਰ ਸ਼ਹਿਰ ਦੇ ਸੂਝਵਾਨ ਲੋਕਾਂ ਨੂੰ ਵੀ ਕਹਾਂਗਾ ਕਿ ਉਹਨਾਂ ਨੂੰ ਪੁੱਛਿਆ ਜਾਏ ਵੀ ਬਟਾਲੇ 'ਚ ਸਾਡਾ ਹੈ, ਬਟਾਲੇ 'ਚ ਅਸੀਂ ਇਹੋ ਪੁੱਛਦੇ ਹਾਂ ਵੀ ਕੂੜਾ ਸਾਡਾ ਜਾਂਦਾ ਕਿੱਥੇ ਹੈ, ਉੱਥੇ ਪ੍ਰਬੰਧ ਕਰ ਰਹੇ ਨੇ। 70% ਇਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੱਸਿਆ ਉਹ ਕੂੜੇ ਦਾ ਪ੍ਰਬੰਧ ਹੋ ਗਿਆ, ਇਹਨਾਂ ਨੂੰ ਵੀ ਕਰਨਾ ਚਾਹੀਦਾ ਅਤੇ ਨਗਰ ਦੀ ਕੌਂਸਲ ਦੀ ਹੱਦ ਵਿੱਚ ਕਰਨਾ ਚਾਹੀਦਾ। ਇਹ ਤਾਂ ਬਹੁਤ ਹੀ ਗਲਤ ਕੰਮ ਹੈ ਬਈ ਤੁਸੀਂ ਇੱਥੇ ਮਾਨ ਚੋਪੜਾ ਜਾਂ ਇੱਥੇ ਅੰਕ ਸੁੱਕਿਆ ਜਾਏ, ਇਹਦੀ ਵੱਡੀ ਨਿੰਦਣ ਵੱਲ ਹੋਈ। ਮੇਰਾ ਨਾਮ ਗੰਭੀਰ ਸਿੰਘ ਰਾਠੌਰ ਹੈ, ਮੈਂ ਜ਼ਿਲ੍ਹਾ ਨਵਾਂਸ਼ਹਿਰ ਦੇ ਲਾਗੇ ਮੇਰਾ ਨਗਰ ਰਾਹੂ ਹੈ। ਅਤੇ ਜਦੋਂ ਮੈਂ ਇਸ ਖਬਰ ਨੂੰ ਪੜ੍ਹਿਆ ਕਿ ਜਿਹੜੀ ਸ਼ਹੀਦਾਂ ਦੀ ਧਰਤੀ ਅਤੇ ਜਿਹੜੀ ਇਤਿਹਾਸਿਕ ਛੰਭ ਹੈ ਸਾਡੀ ਛੋਟੇ ਘੱਲੂ ਘਰ ਦੀ, ਅਤੇ ਉਹਨੂੰ ਬਲੀਤ ਕੀਤਾ ਜਾ ਰਿਹਾ ਹੈ, ਤਾਂ ਮੈਨੂੰ ਲੱਗਾ ਕਿ ਇੱਥੇ ਜਾਣਾ ਬਣਦਾ ਹੈ ਅਤੇ ਮੈਂ ਇੱਥੇ ਬਿਨਾਂ ਸੱਦੇ ਤੋਂ ਆਇਆ ਹਾਂ। ਅਤੇ ਅਸੀਂ ਪੰਜਾਬ ਦੇ ਪਾਣੀਆਂ 'ਤੇ ਪੰਜਾਬ ਦੇ ਵੱਖ ਵੱਖ ਇਤਿਹਾਸਿਕ ਧਰੋਹਰਾਂ ਦੀ ਲੜਾਈ ਲੜਦੇ ਹਾਂ, ਉਹਦੇ ਤਹਿਤ ਹੀ ਅਸੀਂ ਪਿੱਛੇ ਜਿਹੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੇ ਰਾਜ ਦੀ ਚੌਂਕੀ ਆ ਰੋਪੜ, ਉਹਦਾ ਜਿਹੜਾ ਸੀਗਾ ਫੈਕਟਰੀ ਕੋਲੋਂ ਕਬਜ਼ਾ ਲਿਆ ਸੀਗਾ, ਅਤੇ ਉੱਥੇ ਅਸੀਂ ਦੁਬਾਰਾ ਉਸ ਚੌਂਕੀ ਨੂੰ ਦੁਬਾਰਾ ਇਤਿਹਾਸਿਕ ਪਾਰਕ ਵਜੋਂ ਬਣਾ ਰਹੇ ਹਾਂ। ਇਸ ਤੋਂ ਇਲਾਵਾ ਅਸੀਂ ਮੱਤੇਆੜਾ ਪ੍ਰੋਜੈਕਟ ਰੱਦ ਕਰਵਾਇਆ ਸੀਗਾ, ਜਿਹਦੇ ਵਿੱਚ ਕਿ ਸਤਲੁਜ ਦਰਿਆ ਦੇ ਕੰਢੇ 'ਤੇ ਰਹੀ ਸੀ ਅਤੇ ਉਹਦੇ ਲਈ ਪੂਰੀ ਲੜਿਆ ਸੀ। ਅਤੇ ਜਦੋਂ ਆਪਾਂ ਇਸ ਪਿੰਡ ਬਾਰੇ ਦੇਖਦੇ ਹਾਂ ਕਿ ਇਹ ਸਾਰਾ ਜਿਹੜਾ ਕਾਨੂੰਨ ਛੰਭ ਹੈ, ਇਤਿਹਾਸਿਕ ਛੰਭ ਹੈ, ਅਤੇ ਇੱਥੇ 12,000 ਸ਼ਹੀਦ ਤੋਂ ਵੱਧ ਸ਼ਹੀਦਾਂ ਦੀ ਜਿਹੜੀ ਹੈ ਉਹਨਾਂ ਦਾ ਲਹੂ ਡੁੱਲਿਆ ਹੈ, ਤਾਂ ਇਹ ਧਰਤੀ ਤਾਂ ਆਪਣੇ ਆਪ ਹੀ ਪਵਿੱਤਰ ਹੋ ਜਾਂਦੀ ਹੈ। ਪਰ ਜਦ ਇਹ ਪੜਿਆ ਕਿ ਇੱਥੇ ਇੱਕ ਸ਼ਹਿਰ ਦਾ, ਗੁਰਦਾਸਪੁਰ ਸ਼ਹਿਰ ਦਾ ਕੂੜਾ ਡੰਪ ਬਣਾਇਆ ਜਾ ਰਿਹਾ, ਤਾਂ ਮੈਨੂੰ ਲੱਗਾ ਕਿ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ, ਇਹ ਲੜਾਈ ਲੜਨੀ ਚਾਹੀਦੀ ਹੈ, ਅਤੇ ਇਹਨੂੰ ਪੰਜਾਬ ਪੱਧਰ 'ਤੇ ਲੈ ਕੇ ਇਸ ਛੰਭ ਨੂੰ ਬਚਾਇਆ ਜਾਣਾ ਚਾਹੀਦਾ। ਇਹਦੇ ਲਈ ਅਸੀਂ ਸ਼੍ਰੋਮਣੀ ਕਮੇਟੀ ਸਮੇਤ ਵੱਖ ਵੱਖ ਅਦਾਰਿਆਂ ਨਾਲ ਅਤੇ ਪ੍ਰਸ਼ਾਸਨ ਨਾਲ ਵੀ ਪਹੁੰਚ ਕਰਾਂਗੇ ਤਾਂ ਕਿ ਇਹ ਛੰਭ ਨੂੰ ਬਚਾਇਆ ਜਾ ਸਕੇ। ਅਤੇ ਕਿਉਂਕਿ ਜਿਹੜਾ ਰਾਮਸਰ ਐਕਟ ਸਾਈਟ ਹੈ ਜਾਂ ਉਸ ਤੋਂ ਇਲਾਵਾ ਜਿਹੜਾ ਇੱਕ ਵੈਟਲੈਂਡ ਦਾ ਕਾਨੂੰਨ ਹੈ, ਵੈਟਲੈਂਡ ਸੰਬੰਧੀ ਕਾਨੂੰਨ ਬਣਦੇ ਹੈ, ਉਹਦੇ ਮੁਤਾਬਕ ਵੀ ਜਿਹੜਾ ਵੈਟਲੈਂਡ ਹੈ ਉਹ ਇੱਕ ਲੀਵਿੰਗ ਪਰਸਨ ਮੰਨਿਆ ਜਾਂਦਾ ਹੈ, ਤਾਂ ਇਸ ਕਰਕੇ ਉਹਦੇ ਵੀ ਕੁਛ ਰਾਖਵੇਂ ਹੱਕ ਹੁੰਦੇ ਆ, ਰਾਈਟ ਟੂ ਐਗਜ਼ਿਸਟੈਂਸ ਹੁੰਦਾ ਉਹਦਾ, ਉਹਦੇ ਵਿੱਚ ਪਾਣੀ ਫਲੋ ਕਰਨ ਦਾ ਰਾਈਟ ਹੁੰਦਾ, ਉਹਦੇ ਵਿੱਚ ਪੋਲਿਊਸ਼ਨ ਤੋਂ ਬਚਾਉਣ ਦਾ ਵੀ ਉਹਦਾ ਇੱਕ ਰਾਈਟ ਹੈ, ਉਹਦੇ ਲਈ 8 ਰਾਈਟ ਹੈ ਇੰਟਰਨੈਸ਼ਨਲੀ, ਅਤੇ ਉਹ ਮੈਨੂੰ ਲੱਗਦਾ ਹੈ ਕਿ ਇਸ ਛੰਭ 'ਤੇ ਲਾਗੂ ਨਹੀਂ ਹੋਏ। ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਲੋਕਾਂ ਨੂੰ ਆਸੇ ਪਾਸੇ ਦੇ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਇਸ ਛੰਭ ਨੂੰ ਮੁੜ ਬਹਾਲ ਕਰਾਵਾਂਗੇ, ਮੁੜ ਨੋਟੀਫਾਈ ਕਰਾ ਕੇ ਪ੍ਰੀਜ਼ਰਵ ਕਰਵਾਉਣ ਲਈ ਸੰਘਰਸ਼ ਕਰਾਂਗੇ। ਸੋ ਸਰ, ਜਿਹੜੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਪਹੁੰਚੇ ਸਨ ਉੱਥੇ ਹੀ, ਜਿਹੜੇ ਨਗਰ ਨਿਵਾਸੀਆਂ ਨੇ ਵੀ ਦੱਸਿਆ ਕਿ ਇੱਥੇ ਗੁਰਦਾਸਪੁਰ ਸ਼ਹਿਰ ਦਾ ਕੂੜਾ ਡੰਪ ਹੋਣ ਦੇ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਬਹੁਤ ਸਾਰੇ ਲੋਕ ਕੈਂਸਰ ਪੀੜਿਤ ਹੋਏ ਨੇ, ਬਹੁਤ ਸਾਰੀਆਂ ਮੱਖੀਆਂ ਘਰਾਂ ਦੇ ਵਿੱਚ ਆ ਜਾਂਦੀਆਂ ਨੇ, ਤਾਂ ਧੂੰਆਂ ਜਿਹੜਾ ਉੱਥੋਂ ਅੱਗ ਲਗਾਉਣ ਦੇ ਨਾਲ ਨਿਕਲਦਾ, ਤਾਂ ਉਸਦੇ ਨਾਲ ਬਹੁਤ ਸਾਰੀਆਂ ਲੋਕ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਨੇ। ਅੱਜ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਾਂ ਦਾ ਨਾਰਾ ਮਾਰਿਆ, ਇੱਕ ਕਮੇਟੀ ਗਠਨ ਕੀਤੀ ਗਈ, ਉੱਥੇ ਪ੍ਰਸ਼ਾਸਨ ਨੂੰ ਅਪੀਲ ਵੀ ਕਰਦੇ ਨਜ਼ਰੀ ਆਏ ਕਿ ਇੱਥੇ ਕੂੜਾ ਸੁੱਟਣਾ ਬੰਦ ਕੀਤਾ ਜਾਵੇ, ਇਤਿਹਾਸਕ ਅਤੇ ਵਿਰਾਸਤੀ ਜਗ੍ਹਾ ਜਿੱਥੇ ਇਹ ਕੂੜਾ ਕਰਕਟ ਹੈ ਜਿਹੜਾ ਸੁੱਟਿਆ ਜਾ ਰਿਹਾ, ਤਾਂ ਇੱਥੇ ਅਪੀਲ ਵੀ ਕਰਦੇ ਨਜ਼ਰੀ ਆਏ। ਦੂਜੇ ਪਾਸੇ ਇਹ ਵੀ ਕਿਹਾ ਕਿ ਜੇਕਰ ਇਸ ਦੇ ਉੱਤੇ ਕੋਈ ਪ੍ਰਸ਼ਾਸਨ ਦੇ ਵੱਲੋਂ ਕੋਈ ਜਿਹੜਾ ਕਿ ਇਸ ਦੇ ਉੱਤੇ ਐਕਸ਼ਨ ਨਹੀਂ ਲਿਆ ਜਾਂਦਾ, ਤਾਂ ਇਸ ਦੇ ਉੱਤੇ ਸੰਘਰਸ਼ ਵੀ ਅਲੀਕਿਆ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇੱਥੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਇਸ ਦੇ ਉੱਤੇ ਕੋਈ ਸੰਘਰਸ਼ ਅਲੀਕਦੇ ਨੇ, ਕਿ ਇੱਥੇ ਜਿਹੜਾ ਆਪਣਾ ਹੱਕ ਲੈਣ ਦੇ ਲਈ ਕੋਈ ਸੰਘਰਸ਼ ਆਰੰਭਣਾ ਪੈਂਦਾ, ਜਾਂ ਪ੍ਰਸ਼ਾਸਨ ਇਸ ਦੇ ਵੱਲ ਧਿਆਨ ਦੇਵੇਗਾ। ਨਵੀਂ ਅਪਡੇਟ ਜਲਦੋ ਤੁਹਾਡੇ ਨਾਲ ਸਾਂਝੀ ਕਰਾਂਗੇ, ਆਪਣੇ ਸਹਿਯੋਗੀ ਰਵਿੰਦਰ ਮਲਹੋਤਰਾ ਦੇ ਨਾਲ। ਮੈਂ ਜਤਿੰਦਰ ਸੋਢੀ, KRT ਨਿਊਜ਼, ਗੁਰਦਾਸਪੁਰ।